ਨਹਾ ਕੇ ਕੱਪੜੇ ਕੁਪੜੇ ਚੇਂਜ ਕਰ ਗਏ ਤੇ ਅੰਮੀ ਹੋਰੀ ਲਾਉਂਦੇ ਨੇ ਮੈਨੂੰ ਕਰੀਮ, ਥਿੰਦੀ ਕਰੀਮ ਨਹੀਂ ਆਉਂਦਾ ਜੀ ਨੂੰ, ਠੰਡੀ ਠੰਡੀ ਕਮੀ ਕਰੀ ਹੁੰਦੀ ਹੈ ਥਿੰਦੀ, ਇਹਦੇ ਨਾਲ ਕੀ ਹੁੰਦਾ ਖੁਸ਼ਕੀ ਨਹੀਂ ਮੂੰਹ ਤੇ ਰਹਿੰਦੀ। ਅੱਛਾ ਲੋਸ਼ਨ ਲਾਉਂਦੇ ਨੇ ਮੁੰਡੇ, ਇੰਨੇ ਨਾਲ ਲੋਸ਼ਨ ਲਿਆਇਆ ਕਰਨਾ ਆਪਣੇ ਲਈ ਵੱਖਰਾ। ਮੁੰਡੇ ਲਾਉਂਦੇ ਨੇ, ਨੈਚੁਰਲ ਬਿਊਟੀ ਹੈ ਮੇਰੀ, ਧੂੜ ਧੁੰਮੀ ਨੈਚੁਰਲ ਡਿਊਟੀ ਲਈ ਗਏ ਤੇਰੀ, ਨੈਚੁਰਲ ਬਿਊਟੀ ਆਉਂਦੇ ਨੇ ਇਹਨੂੰ। ਅੰਮੀ ਜੀ ਹੋਰੀ ਹੱਥਾਂ ਨੂੰ ਵੀ ਲਾਈ ਜਾਂਦੇ ਨੇ ਜੀ ਬਾਈ, ਨਹੁੰ ਵੀ ਕੱਟ ਲਿਆ ਕਰੋ। ਅੱਛਾ ਹਾਂਜੀ, ਜੁੰਮੇ ਤੋਂ ਜੁੰਮੇ ਕੱਟੀ ਦੇ ਨਹੁੰ ਸਵਾਦ ਹੁੰਦਾ। ਤੂੰ ਵੀ ਲਾਉਣੀ ਹੈ ਗੁੱਡ ਮਾਰਨਿੰਗ, ਅਸਲਾਮੁ ਅਲੈਕੁਮ। ਅੱਜ ਦਾ ਵਲੋਗ ਕਰਨੇ ਆ ਇੱਥੋਂ ਸ਼ੁਰੂ, ਸੁਬਹ ਸੁਬਹ ਅਤੇ ਨਹੀਂ ਕਹਿ ਸਕਦਾ 10 ਵਜੇ ਪੂਰੇ ਮੈਂ ਵੀਡੀਓ ਅਪਲੋਡ ਕਰਨ ਆਇਆ ਹਾਂ। ਬਾਕੀ ਜੇ ਨਾ ਠੰਡ ਇੰਨੀ, ਧੁੰਦ ਸੁਬਹਾ ਦੀ ਇੰਨੀ, ਹੁਣ ਲੱਥੀ ਹੈ ਇਹ ਵੀ ਵੇਖੋ ਜਾਣਦੀ ਨੱਸਦੀ ਭੱਜਦੀ। ਬਾਕੀ ਅੱਜ ਮੈਂ ਜੋ ਕਰਾਂਗਾ ਤੁਹਾਡੇ ਨਾਲ ਸ਼ੇਅਰ ਕਰਾਂਗਾ, ਤੁਸੀਂ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ, ਲਾਈਕ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ। ਲੈਟਸ ਗੋ, ਤੁਸੀਂ ਵੀ ਵੇਖ ਲਓ। ਥੋਮ ਜਿਹਾ ਨਾ ਮਾਸ਼ਾਅੱਲਾ, ਚੈੱਕ ਕਰੋ ਕਿੱਡਾ ਕਿੱਡਾ ਵੱਡਾ ਹੋ ਗਿਆ। ਅਬੂ ਕਿੰਨੇ ਕੁ ਮਹੀਨਿਆਂ 'ਚ ਹੋ ਜਾਂਦਾ ਥੋਮ? ਚੌਂ ਪੰਜਾਂ ਮਹੀਨਿਆਂ 'ਚ, ਅਤੇ ਅੱਜ ਠੰਡ ਇੰਨੀ ਵਾਰੀ ਕਿੱਥੋਂ ਲੈਣ ਦੀ ਟੀਂਡੀ ਬਾਬਾ? ਜੂ ਕੱਕਰ ਜੰਮੇਗਾ, ਜੰਮੇਗਾ ਕੱਕਰ ਵੀ ਤੇ ਬਰਫ਼ ਵੀ, ਸੂਰਜ ਵੀ ਨਹੀਂ ਲੱਭਣਾ। ਅੱਜ ਵੀ 10-11 ਵਜੇ ਆਣ ਕੇ ਲੱਭਣ ਲੱਗਾ, ਉਹ ਚੈੱਕ ਕਰੋ। ਚਲੋ ਕੋਈ ਨੀ, ਕਰ ਲਓ ਮੌਜਾਂ ਤੇ ਲੁੱਟ ਲਓ ਨਜ਼ਾਰੇ। ਓਏ ਘਰ ਨਾ ਹਜਨ, ਹੈਂ ਓਏ ਘਰ ਨਾ ਹਜਾ, ਧੁੰਦ ਦੀ ਮਾਈ ਨੇ ਫੜ ਲੈਣਾ, ਧੁੰਦ ਵਾਲੀ ਮਾਈ ਨੇ ਫੜ ਲੈਣਾ ਈ, ਘਰ ਨਾ ਹਜਾ। ਹੈਂ ਹੈ ਆਏ ਉਹ, ਚੱਲ ਘਰ, ਠੰਡ ਨਹੀਂ ਲੱਗਣ ਦੀ ਤੈਨੂੰ, ਤੇ ਮੈਂ ਆਈ ਕਰਾਂ ਲੱਡੂ ਬਣਨਾ। ਚਾਚਾ ਪਿੰਡੂ ਚੈੱਕ ਕਰੋ, ਅੱਜ 0011 ਪੋਪਟ ਲੱਗਣ ਦੇ ਆ। ਚਾਚਾ ਪਿੰਡੂ ਵਾਹ ਜੀ ਵਾਹ, ਵਾਹ ਬਈ ਵਾਹ, ਅੱਜ ਤੇ ਚੀੜ ਛੀੜ ਵੀ ਵਾਹ ਨਾ, ਇਹ ਸਟੀਕਰ ਵੀ ਲਾਓ, ਤੂੰ ਲਾਓ ਨਾ, ਕਿੱਥੋਂ ਲੱਥਣਾ ਉਹ, ਕਿੱਥੋਂ ਲੱਥਣਾ, ਇਹਨੂੰ ਖਿੱਚੋ, ਇਹਨੂੰ ਪਰਲੇ ਪਾਸੋਂ ਖਿੱਚੋ ਇਹਨੂੰ। ਪੋਪਟ ਬੁਆਏ ਬਣਾ ਰਿਹਾ ਤੁਹਾਨੂੰ, ਚੀੜ ਤੇ ਵਾਹ ਗਿਆ ਹੋ ਜਾਓ, ਪਹਿਲਾਂ ਬਾਅਦ ਚ ਜੁਗਤਾ ਮਾਰਿਓ, ਪਹਿਲਾਂ ਚੀੜ ਛੀੜ ਵਾਹੋ। ਘਰ ਚ ਰਹਿਣਾ, ਭਰਾ ਲੱਗੇ ਨੇ ਕੁਰਾਨ ਪਾਕ ਮਸਾਂ ਜਾਂ ਯਾਸੀਨ ਪੜ੍ਹਾਉਣੀ ਹੈ, ਤੇ ਉਹਦੇ ਵਾਸਤੇ ਜਾਣਾ, ਫਿਰ ਖਾਣਾ ਪਕਾਉਣਾ ਵੀ ਖਤਮ ਹੀ ਦਵਾਉਣਾ, ਉਹਦੇ ਲਈ ਲੈਣ ਚੱਲਾਂ ਹੁਣ ਮੈਂ ਗੋਸ਼ਤ, ਗੱਡੀ ਛੱਡੀ ਮੈਂ ਕੱਢ ਲਈ, ਅਤੇ ਲੈਟਸ ਗੋ ਅਤੇ ਫਿਰ ਚੱਲ ਲਓ। ਅਸਲਾਮ ਅਲੈਕੁਮ, ਸੜਕ ਹੀ ਆਉਣਾ ਸੀ ਇੱਥੋਂ ਤੱਕ ਅੱਡੇ ਤੱਕ, ਇਸ ਵਾਸਤੇ ਮੈਂ ਪੁਰਾਣੀ ਫਰਾਰੀ ਲੈ ਆਇਆ ਹਾਂ, ਨਵੀਂ ਮੈਂ ਰਹਿਣ ਦਿੱਤੀ। ਓਹ 240 ਰੁਪਈਏ, ਮੈਂ ਇੱਥੇ ਜਾਣਾ ਉਸਤਾਦ ਜੀ, ਮੈਂ ਜਾਣਾ ਸੀ ਇੱਥੇ ਵੇ ਤੇ ਫਾਹਦ ਮੋਸਵਾ ਦੀ ਦੁਕਾਨ ਅਸੀਂ ਆ ਗਏ ਹਾਂ ਜੀ। ਅਸਲਾਮ ਅਲੈਕੁਮ, ਕੀ ਰੇਟ ਜੀ? 240 ਮੈਨੂੰ ਵੀ 240 ਦੇਣਾ, 240 ਕਰਿਓ, ਮੈਨੂੰ ਤੇ ਅੱਜ 250 ਮੈਨੂੰ ਦੇਣਾ। ਅੱਛਾ ਜੀ, ਚਲੋ ਜੀ 2 ਕਿਲੋ ਕਰ ਦਿਓ, ਜਲਦੀ ਕਰਿਓ ਸਾਰਾ। ਮੈਂ ਅੱਜ ਨਾ ਗੋਸ਼ਤ ਲੈਣ ਹੋਇਆ ਹਾਂ,
ते भाई जोरी अबू मेरे ना दोस्त ने उन्हें आख्या कि इन्हू जरा लाया रोज शो कढ़ा के लिया ते की खीर शीर से नहीं पका लगे भाई मुंडा खीर का नाल ही पेंड है साढ़े डिंगी उत्थे जहाँ छड़न चला हूँ उन्हें जल गोश्त हो जाता हूँ असं तो पिंड जे इतने छड़न आया जी ओ साडा पिंड पिछे लभदा भी नहीं पिया चलिए हूँ वापस चलने परत जा भी शान चल भाई सजा दी जान दे हूँ फांटा टाइम बंदना ही अज का सूरज है ना वो चेक करो कितने तुर गया कि भी नहीं गया इतना ही है मैं ही जान डिया बस वापस पिंड वापस आंदियां सी तां जाए ना गोशत गया बाण व्हाट्स प्राइस चार सौ अस्सी बस गोश्त ले आके घर आ गया लो जी इंतजार दियां घड़ियां हजे शुरू हो तो पक्का लग गया मैनू दंद चुरबुल चुरबुल करन दे भुख भी बड़ी लग गई है पानी जैना रेर रेर के मूह राणी बाहर आन डिया है बस कुछ होर तो कर नहीं सकते सिर्फ इंतजार कर सकते हैं उन्नी चार धुप्पे छुप्पे बहने पकदा तो फिर खाने जो कोई काम है वो डंगर डूंगर बनने जो लिया लियो के शीतल तेन तो ठंड नहीं लगन दी हूं नहीं लगती भी गड्डी फाड़ फैन लगे तू ही कितल है अच्छा तू की लैना उतू है बूट है अभी शॉपिंग करने चले अच्छा जिथे तुम आने तुम ओदन गड्डी नहीं बाहर कढ़नी ਗੱਡੀ ਨੇ ਖਰਾਬ ਹੋ ਜਾਂਦੀ ਰਿਓ ਇਹਦੇ ਗੰਦੀ ਹੋ ਜਾਂਦੀ ਤਾਂ ਅੱਜ ਲੈ ਜਾ ਸਾਫ ਸਾਫ ਰਾਤ ਜਾਣਾ ਅੱਜ ਉਹਦਾ ਨਮੀ ਹੋ ਜਾਂਦਾ ਫਿਰ ਗੱਡੀ ਨਹੀਂ ਬਾਹਰ ਕੱਢਣੀ ਮੈਂ ਇਸ ਵਾਸਤੇ ਘੱਟ ਕੱਢਣਾ ਵਾ ਅੰਮੀ ਹੋਰਾਂ ਕੋਈ ਇਜਾਜ਼ਤ ਲੈ ਕੇ ਜਾਣਾ ਗੱਡੀ ਬਾਹਰ ਕੱਢਣਾ ਨਾ ਤੇ ਮੈਂ 70 ਲੈ ਕੇ ਨਿਕਲ ਜਾਣਾ ਬਹੁਤ ਹੀ ਯਾਰੀ ਤੇ ਜਦੋਂ ਨਵੀਂ ਗੱਡੀ ਕੱਢਣੀ ਹੁੰਦੀ ਅੰਮੀ ਹੋਰਾਂ ਕੋਈ ਇਜਾਜ਼ਤ ਲੈ ਕੇ ਤੇ ਫਿਰ ਗੱਡੀ ਦੀ ਅੰਮੀ ਹੋਰੀ ਜਿਹਾ ਨਾ ਬਹਿ ਗਏ ਨੇ ਤੇ ਮੈਂ ਅੱਜ ਜਿਹੜਾ ਨਾ ਇੱਥੋਂ ਤੱਕ ਲਾਉਣ ਆਇਆ ਹਾਂ ਬਸ ਅੰਮੀ ਹੋਰੀ ਜਾਂਦੇ ਹਨ ਮੈਂ ਆਪੇ ਟਿਓ ਤੁਰ ਜਾਂਦੀ ਹਾਂ बाकी जो फिर मैं चला घर अम्मी हो तू जा मैं जो है ना ट्योड़े च बह के तुर जानी चलिए फिर घर वापस बाकी टाइम हो गया 12 चले ने चलिए वापस चाचा पेंडू इतने 10:44 हो गए फिरन दे हैं चाचा पेंडू की करन दे अबू जी होरी पता नहीं की करूं ने व्हाट हैपेंड हियर आई व्हाट आर यू डूइंग की करन दे हो बसदार लकड़ियां वजनियां ने तेज पे करने हैं तेज होन भाई हो गई दारी अच्छा चाचे पेंडू नू वड़ना चाचा पेंडू वड़ दिए फिर चाचा पेंडू तो जो ना वड़न लग पिया मैं थोड़ा जहा ही ढेर लाया वड़ वड़ के मैं क्या मैं भी जरा वड़ आवा हाँ चाचा पेंडू मारा पैर तेन भन दिया अज मैं कि रहन दा लो जी बालन जो है ना
ਵੱਢ ਵੱਢ ਕੇ ਰੱਖਦੀ ਤੇ ਚਾਚੇ ਪਿੰਡ ਚੁੱਕ ਕੇ ਮਾਰ ਕੇ ਤੋੜ ਛੱਡੀ ਤੇ ਮੈਂ ਤੇ ਕਰੀਸ ਕਰੀਸ ਕੀ ਵੱਢੀਆਂ ਨੇ ਜਿਹੜੀਆਂ ਵੱਢੀਆਂ ਵੁੱਢੀਆਂ ਨੇ ਥੋੜੀਆਂ ਬਹੁਤੀਆਂ ਇਹਦੇ ਕੰਮ ਜਾ ਕਰ ਹੁਣ ਵੱਢ ਲਈਆਂ ਹੁਣ ਆਉਂਦੇ ਆ ਨਾਰਦਾ ਨਾ ਤੁਹਾਨੂੰ ਸ਼ਹਿਦ ਨੇ ਵੱਢੇ ਖਾਣਾ ਸ਼ਹਿਦ ਤੇ ਅਸੀਂ ਖਾਣੇ ਆ ਕੇ ਸ਼ਹਿਦ ਦੀਆਂ ਮੱਖੀਆਂ ਨੇ ਵੱਢੇ ਖਾਣਾ ਅੱਛਾ ਹਾਂਜੀ ਹੈ ਹੀ ਨਹੀਂ ਇੱਥੇ ਤੇ ਪਰ ਹੁੰਦੀਆਂ ਨੇ ਇੱਥੇ ਜਾਣਾ ਸ਼ਹਿਦ ਵੀ ਲੱਗਦਾ ਹੁੰਦਾ ਹਜੇ ਜਿਉਂ ਲੱਕੜੀਆਂ ਬਹੁਤੀਆਂ ਇਕੱਠੀਆਂ ਕੀਤੀਆਂ ਹੋਣ ਨਾ ਵਿੱਚ ਉਵੇਂ ਲੱਗ ਜਾਂਦਾ ਸ਼ਹਿਦ ਬਟਰ ਬਟਰ ਨਹੀਂ ਕਹਿੰਦੇ ਬਟਰ ਤੇ ਘਿਓ ਨੂੰ ਕਹੀਦਾ ਅੱਛਾ ਬਟਰ ਨਹੀਂ ਆਉਂਦੇ ਬਟਰ ਇਹਨੂੰ ਕੀ ਕਹੀਦਾ ਸ਼ਹਿਦ ਨੂੰ ਸ਼ਹਿਦ ਹੀ ਕਹੀਦਾ ਚਲੋ ਬੜਾ ਸ਼ਹਿਦ ਹੀ ਕਹੀਦਾ ਇੰਗਲਿਸ਼ 'ਚ ਵੀ ਸ਼ਹਿਦ ਹੀ ਕਹੀਦਾ ਬਾਕੀ ਕਮੈਂਟ ਵਿੱਚ ਦੱਸਿਓ ਕੀ ਕਹਿੰਦੇ ਮੈਨੂੰ ਪਤਾ ਵੀ ਤੁਹਾਡਾ ਨਾਲੇ ਜੀ ਚੈੱਕ ਕਰਨੇ ਆ ਅੱਜ ਬਾਕੀ ਤਾਂ ਫਿਲਹਾਲ ਤਾਂ ਫਿਰ ਚਲੀਏ ਬਾਹਰ ਨੂੰ ਜਾਣਿਆ ਵੇਖ ਨੇ ਕੀ ਸੂਟ ਤੇ ਆ ਵੱਢਣਾ ਨਹੀਂ ਵੱਢ ਦਿੱਤੇ ਨੇ ਉਹ ਪੱਲਾ ਕਿਹੜਾ ਇਹ ਵਾਲਾ ਇਹਦੇ ਉੱਤੇ ਰੱਖ ਕੇ ਵੱਢੇ ਨੇ ਨਾ ਇਹੀ ਵੱਢ ਛੱਡੋਗਾ ਨਹੀਂ ਨਹੀਂ ਇਹ ਵੱਢਣਾ ਬਾਅਦ 'ਚ ਵੱਢਣਾ ਪਹਿਲਾਂ ਸਾਰੇ ਜਿਹੜਾ ਬਾਹਰੋਂ ਵੀ ਲਿਆਉਣਾ ਉਹ ਵੀ ਵੱਢਣਾ ਹੀ ਹੈ ਚਾਚੇ ਪਿੰਡੂ ਦਾ ਟਾਈਮ ਹੋ ਗਿਆ ਬੱਕਰੀਆਂ ਨੂੰ ਬਾਹਰ ਖਰਨ ਦਾ ਅਤੇ ਉਹ ਇਸ ਵਾਸਤੇ ਚਾਚਾ ਪਿੰਡੂ ਜਲਦੀ ਜਲਦੀ ਰਹਿਣਾ ਆ ਗਿਆ ਮੈਨੂੰ ਘੱਲੇ ਹੀ ਵੱਢਣ ਵਾਸਤੇ ਛੱਡ ਆਇਆ ਚਲੋ ਕੋਈ ਨਹੀਂ ਲਾਈ ਜਾਂਦੇ ਨੇ ਬਾਹਰ ਨੂੰ ਝਾੜ ਝੂੜ ਲਿਆਉਂਦੇ ਨੇ ਪਰੋ ਫਾਰੇ ਨੂੰ ਮੈਂ ਬੈਲ ਆਉਂ ਕੀਤਾ ਵੀਡੀਓ ਬਣਾ ਲਿਆ ਅਕਸ਼ਨ 'ਚ ਨਾਲ ਹੀ ਨੱਸ ਗਏ ਨੇ ਕਿ ਵੀਡੀਓ ਇਹਨੇ ਬਣਾ ਲੈਣੀ ਹੈ ਕਹਤੇ ਹੈ ਵੋ ਬਾਰ ਬਾਰ ਪਲੈਨ ਕਰਕੇ ਤੂੰ ਬਣਾਤਾ ਹੈ ਵਲੋਗ ਬਾਰ ਬਾਰ ਇਲਜ਼ਾਮ ਲਗਾ ਲੇ ਹਮ ਪੇ ਹਜ਼ਾਰ ਬਾਬਾ ਜੀ ਫਿਰ ਵੀ ਰਹਤੇ ਹੈ ਸੂਰਜ ਚੜ੍ਹਤੇ ਹੀ ਵਲੋਗ ਬਣਾਉਣੇ ਕੋ ਤਿਆਰ ਫਿਲਹਾਲ ਫਿਰ ਅੱਜ ਦਾ ਵਲੋਗ ਕਰਨੇ ਇੱਥੇ ਐਂਡ ਇਨਸ਼ਾਅੱਲਾ ਨੈਕਸਟ ਵਲੋਗ ਯਾਦ ਰਹਾਂਗੇ ਫਕੀਰ ਨਾ ਸਦਾ ਕਰ ਚਲੇ ਮੀਆਂ ਖੁਸ਼ ਰਹੋ ਹਮ ਦੁਆ ਕਰ ਚਲੇ